ਤਿੰਨ ਮੈਟ੍ਰਿਸਿਸ ਦੀ ਐਕਸਰਸਾਈਜ਼ 3.2 ਦਾ ਬੁੱਕ ਦੇ ਹਿਸਾਬ ਨਾਲ 15ਵਾਂ ਕੁਐਸਚਨ ਕੀ ਹੈ? ਏ ਮੈਟ੍ਰਿਕਸ ਦਿੱਤਾ ਕਿੰਨੇ ਬਾਏ ਕਿੰਨੇ ਦਾ? 3/3। ਹੁਣ ਉਹਨਾਂ ਨੇ ਕਿਹਾ ਇਹਦੀ ਵੈਲਿਊ ਪਤਾ ਕਰੋ। ਵੈਲਿਊ ਚ ਕੀ ਹੈ? ਏ ਸਕੇਅਰ ਹੈ, 5a ਹੈ ਤੇ 6i। i ਦਾ ਮਤਲਬ ਕੀ ਹੈ? ਆਈਡੈਂਟੀਟੀ ਮੈਟ੍ਰਿਕਸ। ਹੁਣ ਆਪਾਂ ਇਹਦੇ ਚ ਜੋ ਜੋ ਚੀਜ਼ਾਂ ਚਾਹੀਦੀਆਂ ਆਪਾਂ ਪਹਿਲਾਂ ਉਹ ਕੱਢ ਲਈਏ, ਸਮਾਨ ਤਿਆਰ ਕਰ ਲਈਏ ਸਬਜ਼ੀ ਦਾ, ਫਿਰ ਸਬਜ਼ੀ ਚ ਸਾਰਾ ਪਾ ਕੇ ਬਣਾ ਲਈਏ। ਠੀਕ ਹੈ, ਪਹਿਲਾਂ ਸਮਾਨ ਤਿਆਰ ਕਰਕੇ ਰੱਖੀਏ। ਉਹਦੇ ਲਈ ਪਹਿਲਾਂ ਕੀ ਚਾਹੀਦਾ? ਏ ਸਕੇਅਰ ਦਾ ਮਤਲਬ ਏ ਹਨਾ। ਹੁਣ ਏ ਮਤਲਬ ਏ ਨੂੰ ਏ ਨਾਲ ਕੀ ਕਰਨਾ? ਮਲਟੀਪਲਾਈ। ਆਪਾਂ ਮਲਟੀਪਲਾਈ ਉਸਦੀ ਕਰਨੀ ਸਿੱਖੀ ਸੀ, 2 0 1 2 1 3 1 - 1 0 2 0 1 2 1 3 1 - 1 0। ਚਲੋ ਹੁਣ ਮਲਟੀਪਲਾਈ ਕਰਨੀ ਸਿੱਖੀਏ। ਤਾਂ ਮੈਂ ਕਿਹਾ ਸੀ ਜੇ ਭੁਲੇਖਾ ਪੈਂਦਾ ਹੈ ਤਾਂ ਇੱਥੇ ਨੰਬਰ ਲਿਖ ਲਓ, a11 a12 a13 a21 a22 a23 a31 a32 a33। ਇਹਨਾਂ ਕੀ ਹੋਊਗਾ? ਭੁਲੇਖਾ ਨਹੀਂ ਪਊਗਾ। ਕਿਵੇਂ ਭੁਲੇਖਾ ਨਹੀਂ ਪਊਗਾ? a11 ਹੈ ਨਾ, ਮਤਲਬ ਪਹਿਲੀ ਰੋ ਸਾਰੀ ਨੂੰ ਪਹਿਲੀ ਕਾਲਮ ਨਾਲ ਕੀ ਕਰਨਾ ਹੈ? ਗੁਣਾ। ਐਵੇਂ ਭੁਲੇਖਾ ਨਹੀਂ, ਨਹੀਂ ਤਾਂ ਭੁਲੇਖਾ ਪਾ ਦੇਣੇ ਕਿ ਜੇ ਦੂਜੀ ਨੂੰ ਕਿੰਨਾ ਕਰਤਾ ਤਾਂ ਕਿੰਨਵੇਂ ਨੰਬਰ ਤੇ ਲਿਖਣਾ। ਇਸ ਕਰਕੇ ਇਹਨਾਂ ਭੁਲੇਖਾ ਨਹੀਂ ਪਊਗਾ। ਹੁਣ ਪਹਿਲੀ ਰੋ ਆ ਰਹੀ, ਆਹ ਪਹਿਲੀ ਰੋ ਆ ਤੇ ਪਹਿਲਾ ਕਾਲਮ ਆ ਵੈ, ਗੁਣਾ ਕਰ ਲਈ, 2 2 4 ਅੱਗੇ 1 0 ਦਾ। ਠੀਕ ਹੈ ਜੀ, ਹੁਣ ਦੂਜੇ ਰੋ ਤੇ ਪਹਿਲੇ ਕਾਲਮ ਸੀ, 2 2 4 ਪਲੱਸ ਕਿੰਨਾ ਹੋਗਾ? 1 2 2। ਅੱਗੇ 3 1 3। ਅੱਗੇ 2 0 ਜਾ 0, 1 1 1 -3। ਅੱਗੇ 2 1 2, 1 3 3 ਪਲੱਸ 1 2 3 0 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
एक एक जा एक बार नहीं माइनस एक रूप तीन आप माइनस तीन जीरो 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 उन जवाब तीन आ गया अपने को देखो तीन आया पांच पांच माइनस एक दो नौ माइनस दो चेक करी चलिए बस सही कर दिया पांच जीरो माइनस एक ते माइनस दो आ गया की आ गया ए उस तो बाद की चाहिए है माइनस पांच माइनस पांच जरा मतलब ए नू किंतु ना मल्टीप्लाई करना माइनस पांच ना ठीक है माइनस पांच ना स्केलर ना मल्टीप्लाई करना ए किसी दो जीरो एक दो एक तीन ना एक माइनस एक जीरो उन माइनस पांच ना दोनों अपना कितना माइनस बन
ਪੰਜ ਨੂੰ ਇੱਕ ਨਾਲ ਗੁਣਾ ਕੀਤਾ ਮਾਈਨਸ ਪੰਜ, ਮਾਈਨਸ ਪੰਜ ਨੂੰ ਦੋ ਨਾਲ ਗੁਣਾ ਕੀਤਾ ਮਾਈਨਸ ਦਸ, ਮਾਈਨਸ ਪੰਜ ਨੂੰ ਇੱਕ ਨਾਲ ਗੁਣਾ ਕੀਤਾ ਮਾਈਨਸ ਪੰਜ, ਮਾਈਨਸ ਪੰਜ ਨੂੰ ਤਿੰਨ ਨਾਲ ਮਾਈਨਸ ਪੰਦਰਾਂ, ਫਿਰ ਆ ਮਾਈਨਸ ਪੰਜ ਆ ਗਿਆ ਇੱਕ ਨਾਲ ਪਲੱਸ ਪੰਜ, ਪੰਜ ਇੱਕ ਪੰਜ ਮਾਈਨਸ ਮਾਈਨਸ ਹੋ ਗਏ ਪਲੱਸ, ਆ ਜੀ ਆ ਜਵਾਬ ਆ ਗਿਆ। ਹੁਣ ਰਹਿ ਗਿਆ ਛੇ ਆਈ ਆਈਡੈਂਟੀ ਮੈਟ੍ਰਿਕਸ, ਉਹ ਨਾਲ ਦੀ ਨਾਲ ਲਿਖਣਾ। ਹੁਣ ਆਪਣਾ ਸਾਰਾ ਸਮਾਨ ਪੱਕਾ ਹੋ ਗਿਆ, ਹੁਣ ਆਪਾਂ ਇਹਤੇ ਵੈਲਿਊਸ ਭਰ ਕੇ ਜਵਾਬ, ਹੁਣ ਇਹਦੇ ਚ ਭਰਨ ਲੱਗੇ ਆ ਏ ਸਕੇਅਰ ਮਾਈਨਸ ਫਾਈਵ ਏ ਪਲੱਸ ਸਿਕਸ ਆਈ ਵਿੱਚ। ਪਹਿਲਾਂ ਏ ਸਕੇਅਰ ਦਾ ਮੈਟ੍ਰਿਕਸ ਕਿੰਨਾ, ਪੰਜ ਮਾਈਨਸ ਇੱਕ ਦੋ, ਨੌ ਮਾਈਨਸ ਦੋ ਪੰਜ, ਜੀਰੋ ਮਾਈਨਸ ਇੱਕ ਮਾਈਨਸ ਦੋ। ਹੁਣ ਮਾਈਨਸ ਪੰਜ ਇਹਦੀ ਜਗ੍ਹਾ ਸਿੱਧਾ ਮੈਂ ਆ ਲਿਖੂੰਗੀ। ਅੱਛਾ ਹੁਣ ਇਹ ਮੈਨੂੰ ਦੱਸੋ ਇੱਥੇ ਮਾਈਨਸ ਦਾ ਨਿਸ਼ਾਨ ਪਾਉਂਗੀ ਕਿ ਪਲੱਸ ਦਾ? ਦੇਖੋ ਜੇ ਤਾਂ ਤੁਸੀਂ ਇੱਥੇ ਏ ਨੂੰ ਇਕੱਲਾ ਪੰਜ ਨਾਲ ਫਿਰ ਮਾਈਨਸ ਆਉਣਾ ਸੀ, ਹੁਣ ਇਸ ਟਾਈਮ ਪਰ ਆਪਾਂ ਇੱਥੇ ਕਿਉਂਕਿ ਮਾਈਨਸ ਪੰਜ ਨਾਲ ਕੀਤਾ ਫਿਰ ਇਹ ਮਾਈਨਸ ਇੱਥੇ ਚੱਕ ਲਿਆ, ਚੱਕ ਲਿਆ ਪਲੱਸ ਤਾਂ ਹੁਣ ਇੱਥੇ ਕਿਹੜਾ ਆਊਗਾ ਪਲੱਸ। ਪਰ ਜੇ ਤੁਸੀਂ ਇੱਥੇ ਇਕੱਲਾ ਪੰਜ ਨਾਲ ਕਰਦੇ ਹੋ ਫਿਰ ਇੱਥੇ ਕੀ ਪਾਣਾ ਸੀ ਮਾਈਨਸ। ਜਵਾਬ ਸੇਮ ਆਊਗਾ ਚਾਹੇ ਐਵੇਂ ਹੀ ਕਰ ਲਓ ਚਾਹੇ ਸਮਝੀ ਨਹੀਂ ਲੱਗੀ। ਦੇਖੋ ਇੱਥੇ ਆਪਣੇ ਕੋਲ ਪੰਜ ਦੇ ਅੱਗੇ ਕੀ ਹੈ ਮਾਈਨਸ, ਜੇ ਤੁਸੀਂ ਕਹਿੰਦੇ ਕਿ ਇੱਥੇ ਮੈਂ ਮਾਈਨਸ ਰੱਖਣਾ ਠੀਕ ਹੈ, ਫਿਰ ਏ ਨੂੰ ਤੁਸੀਂ ਇਕੱਲੇ ਕਿੰਨਾ ਮਲਟੀਪਲਾਈ ਕਰਨਾ ਹੈ ਪੰਜ ਹਨਾ। ਹੁਣ ਮੈਂ ਇੱਥੇ ਏ ਨੂੰ ਕਿੰਨਾ ਮਲਟੀਪਲਾਈ ਕੀਤਾ ਹੈ ਮਾਈਨਸ ਪੰਜ ਨਾਲ, ਮਾਈਨਸ ਪੰਜ ਕੀਤਾ ਨਾ, ਆਹ ਮਾਈਨਸ ਮੈਂ ਪਹਿਲਾਂ ਹੀ ਚੱਕ ਕੇ ਇੱਥੇ ਕਰ ਲਿਆ ਤਾਂ ਫਿਰ ਹੁਣ ਇਹ ਮਾਈਨਸ ਤਾਂ ਪਹਿਲਾਂ ਹੀ ਇੱਥੇ ਆਪਾਂ ਲਾ ਤੇ ਫਿਰ ਹੁਣ ਇੱਥੇ ਮਾਈਨਸ ਦੂਜੀ ਵਾਰ ਥੋੜੀ ਲਾਵਾਂਗੇ, ਫਿਰ ਇੱਥੇ ਮੇਰੇ ਹਿਸਾਬ ਨਾਲ ਕੀ ਆਊਗਾ ਮਾਈਨਸ ਪੰਜ ਪੰਜ ਪਲੱਸ ਛੇ ਇੱਕ, ਪੰਜ ਮਾਈਨਸ ਦਸ ਪਲੱਸ ਛੇ ਕਿੰਨਾ ਆ ਗਿਆ ਮਾਈਨਸ, ਇਕੱਲਾ ਪਲੱਸ ਪਲੱਸ ਮਾਈਨਸ ਇੱਕ ਪਲੱਸ ਜੀਰੋ ਮਾਈਨਸ ਇੱਕ ਪਲੱਸ ਛੇ ਮਾਈਨਸ ਇੱਕ ਪੰਜ ਮਾਈਨਸ ਪੰਦਰਾਂ ਜੀ ਦਸ ਮਾਈਨਸ ਦਸ ਮਾਈਨਸ ਦਸ ਆ ਜਾਣਾ ਸਾਰੇ ਮਾਈਨਸ ਦਸ ਉੱਧਰ ਜੀਰੋ ਹੀ ਹੈ ਮਾਈਨਸ ਪੰਜ ਜੀਰੋ ਜੀਰੋ ਤੋਂ ਹੀ ਨਹੀਂ ਇਕੱਲਾ ਮਾਈਨਸ ਪੰਜ ਮਾਈਨਸ ਇੱਕ ਤੇ ਪੰਜ ਚਾਰ ਚਾਰ ਉੱਧਰ ਜੀਰੋ ਹੈ ਮਾਈਨਸ ਦੋ ਤੇ ਜੀਰੋ ਕੁਛ ਨਹੀਂ ਮਾਈਨਸ ਦੋ ਤੇ ਛੇ ਚਾਰ ਆ ਜਾਣਾ ਜੀ ਇਕੱਲਾ ਆ ਜਵਾਬ ਆ ਹਾਂਜੀ ਨਹੀਂ ਆਇਆ ਜੀ ਠੀਕ ਹੈ ਏ ਸਕੇਅਰ ਮਾਈਨਸ ਫਾਈਵ ਏ ਪਲੱਸ ਸਿਕਸ ਟਰਾਂਸਪੋਜ਼ ਸ਼ਬਦ ਟਰਾਂਸਪੋਜ਼ ਕਿਸੇ ਵੀ ਮੈਟ੍ਰਿਕਸ ਦੀ ਆਫ ਏ ਮੈਟ੍ਰਿਕਸ
ਮੰਨ ਲਓ ਇਹ ਕੋਈ ਮੈਟ੍ਰਿਕਸ ਹੈ, ਛੋਟਾ ਜਿਹਾ ਲੈ ਲੈਂਦੇ 1, 2, 3, 4। ਟ੍ਰਾਂਸਪੋਜ਼ ਦਾ ਮਤਲਬ ਹੈ ਜਦੋਂ ਰੋਜ਼ ਕਾਲਮਸ ਬਣ ਜਾਂਦੇ ਆ, ਕਾਲਮਸ ਰੋਜ਼ ਬਣ। ਠੀਕ ਹੈ, ਜਿਵੇਂ ਹੁਣ ਇਹਦਾ ਟ੍ਰਾਂਸਪੋਜ਼ ਲੈਣਾ, ਜੇ ਮੈਂ ਆ ਰੋਹ ਹੈ ਨਾ, ਇਹਨੂੰ ਕਾਲਮ ਬਣਾ ਕੇ ਇੱਕ ਦੇ, ਆ ਵੀ ਰੋਹ ਹੈ ਇਹ ਵੀ ਕਾਲਮ ਬਣ ਗਈ, ਇਹ ਟ੍ਰਾਂਸਪੋਜ਼। ਹੁਣ ਮੈਥ ਵਿੱਚ ਹਰ ਚੀਜ਼ ਦਾ ਨਿਸ਼ਾਨ ਹੈ, ਤਾਂ ਟ੍ਰਾਂਸਪੋਜ਼ ਦੇ ਦੋ ਨਿਸ਼ਾਨ, ਜਾਂ ਤਾਂ ਟ੍ਰਾਂਸਪੋਜ਼ ਨੂੰ ਐਵੇਂ ਬਣਦੇ ਡੈਸ਼, ਜਾਂ ਟ੍ਰਾਂਸਪੋਜ਼ ਨੂੰ ਟੀ ਵੀ ਟੀ ਦੇ ਨਾਲ ਬਣਦੇ, ਦੋਵੇਂ। ਟ੍ਰਾਂਸਪੋਜ਼ ਦਾ ਮਤਲਬ ਡੈਸ਼ ਵੀ ਹੈ ਟੀ, ਦੋਵੇਂ ਚੱਲਦੇ, ਸਮਝ ਲੱਗ ਗਈ। ਹੁਣ ਇਹਦੀਆਂ ਦੋ ਤਿੰਨ ਪ੍ਰੋਪਰਟੀਜ਼ ਹੈ, ਉਹ ਆਪਾਂ ਦੇਖ ਲਈਏ, ਉਹ ਕੰਮ ਆਉਂਦੀਆਂ। ਕੀ ਪ੍ਰੋਪਰਟੀਜ਼ ਹੈ ਪਹਿਲੀ ਪ੍ਰੋਪਰਟੀ ਹੈ ਕਿ ਮੰਨ ਲਓ ਜੇ ਏ ਦਾ ਟ੍ਰਾਂਸਪੋਜ਼ ਲਈ, ਠੀਕ ਹੈ, ਹੁਣ ਜਿਵੇਂ ਇੱਥੇ ਏ ਦਾ ਟ੍ਰਾਂਸਪੋਜ਼ ਦਿੱਤਾ, ਆਹ ਜਵਾਬ ਆ ਗਿਆ। ਹੁਣ ਏਸ ਦਾ ਫੇਰ ਟ੍ਰਾਂਸਪੋਜ਼ ਲੈ ਲਈਏ ਤਾਂ ਇਹ ਵਾਪਸ ਕੀ ਬਣ ਜੂਗਾ, ਏ ਟੀ ਬਣ ਜੂਗਾ। ਪਹਿਲਾਂ ਇੱਕ ਮੈਟ੍ਰਿਕ ਸੀ, ਉਹਦਾ ਟ੍ਰਾਂਸਪੋਜ਼ ਦਿੱਤਾ, ਉਹਦਾ ਫਿਰ ਦੂਜੀ ਵਾਰ ਫਿਰ ਟ੍ਰਾਂਸਪੋਜ਼ ਲੈ ਲਿਆ ਅੱਗੇ, ਫਿਰ ਉਹਨੇ ਪੁਰਾਣੀ ਚੀਜ਼ ਬਣ ਜੂ, ਸਮਝ ਲੱਗ ਗਈ ਨਾ। ਰਬੜ ਹੈ, ਰਬੜ ਨੂੰ ਜਿੰਨੀ ਮਰਜ਼ੀ ਖਿੱਚੇ ਜਦੋਂ ਛੱਡਦੇ ਨੇ ਆਪਣੀ ਪੁਰਾਣੀ ਜਗ੍ਹਾ ਤੇ ਆ ਜਾਂਦੇ, ਉਵੇਂ ਜੇ ਇਹਦਾ ਇੱਕ ਵਾਰ ਟ੍ਰਾਂਸਪੋਜ਼ ਦਿੱਤਾ ਫਿਰ ਤਾਂ ਜਵਾਬ ਬਦਲੂਗਾ, ਪਰ ਟ੍ਰਾਂਸਪੋਜ਼ ਅੱਗੇ ਫਿਰ ਦੂਜੀ ਵਾਰ ਟ੍ਰਾਂਸਪੋਜ਼ ਲੈ ਲਿਆ, ਫਿਰ ਉਹਨੇ ਪੁਰਾਣੀ ਜਗ੍ਹਾ ਤੇ। ਮੰਨ ਲਓ ਦੂਜੀ ਪ੍ਰੋਪਰਟੀ ਇਹ ਦੱਸੋ ਕੀ, ਜੇ ਦੋ ਮੈਟ੍ਰਿਸਿਸ ਦੀ ਐਡੀਸ਼ਨ ਦਾ ਟ੍ਰਾਂਸਪੋਜ਼ ਲਈ, ਉਹ ਕਿੰਨੇ ਬਰਾਬਰ ਹੁੰਦਾ ਹੈ, ਦੋਵਾਂ ਦੇ ਅਲੱਗ ਅਲੱਗ ਟ੍ਰਾਂਸਪੋਜ਼ ਦੇ ਬਰਾਬਰ, ਏ ਡੈਸ਼ ਪਲੱਸ ਪੀ। ਪਰ ਮਲਟੀਪਲਾਈ ਜੇ ਚੀਜ਼ ਬਦਲ ਜਾਂਦੀ, ਤੀਜੀ ਗੱਲ ਮਲਟੀਪਲਾਈ, ਜੇ ਦੋ ਮੈਟ੍ਰਿਸਿਸ ਦੀ ਮਲਟੀਪਲਾਈ ਹੈ ਉਹਦਾ ਟ੍ਰਾਂਸਪੋਜ਼ ਲੈਣਾ ਹੈ, ਤਾਂ ਇਹਨੇ ਉਲਟ ਹੋਣਾ, ਇਹਨੇ ਪਹਿਲਾਂ ਬੀ ਦਾ ਟ੍ਰਾਂਸਪੋਜ਼ ਫਿਰ ਏ ਦਾ, ਬੀ ਦਾ ਟ੍ਰਾਂਸਪੋਜ਼ ਤੇ ਏ ਦਾ। ਐਡੀਸ਼ਨ ਚ ਕੋਈ ਫਰਕ ਨਹੀਂ ਪੈਂਦਾ, ਸਿੰਪਲ ਜਿਵੇਂ ਉਵੇਂ ਹੋ ਜਾਂਦਾ, ਮਲਟੀਪਲਾਈ ਚ ਫਰਕ। ਇਹ ਸਮਝ ਲੱਗ ਗਈ, ਜੇ ਏ ਕੋਈ ਵੀ ਮੈਟ੍ਰਿਕਸ ਹੈ, ਹੁਣ ਜੇ ਉਹਦਾ ਟ੍ਰਾਂਸਪੋਜ਼ ਲਿੱਤਾ ਤੇ ਮੈਟ੍ਰਿਕਸ ਆਪ ਆ ਗਿਆ ਜਵਾਬ, ਮੰਨ ਲਓ ਜਿਵੇਂ ਕੋਈ ਏਦਾਂ ਦੇ ਉਦਾਹਰਨ ਦੇ ਸਕਦੇ ਹੋ, ਆਈਡੈਂਟੀ ਮੈਟ੍ਰਿਕਸ, ਆਈਡੈਂਟੀ ਮੈਟ੍ਰਿਕਸ ਦਾ ਤੁਸੀਂ ਟ੍ਰਾਂਸਪੋਜ਼ ਲਓ, ਆਈਡੈਂਟੀ ਮੈਟ੍ਰਿਕਸ ਆਪ ਹੀ ਆਊਗਾ, ਤਾਂ ਇਹ ਜੇ ਇਹ ਕੰਡੀਸ਼ਨ ਪੂਰੀ ਹੁੰਦੀ ਹੈ ਤਾਂ ਇੱਥੇ ਏ ਨੂੰ ਕਹਿੰਦੇ ਕਿਹੜਾ ਮੈਟ੍ਰਿਕਸ ਹੈ, ਏ ਕਿਹੜਾ ਮੈਟ੍ਰਿਕਸ ਹੈ। ਕਦੋਂ, ਜਦੋਂ ਜਿਵੇਂ ਆਈਡੈਂਟੀ ਦੇ ਨਾਲ ਲਈ ਹੈ, ਮੰਨ ਲਓ ਆਈਡੈਂਟੀ ਆਪਣੇ ਕੋਲ 1, 0, 0 ਹੈ, ਇਹਦਾ ਟ੍ਰਾਂਸਪੋਜ਼ ਦਿੱਤਾ, 1, 0, 0 ਹੀ ਬਣ ਜਾਣਾ, ਤਾਂ ਸੇਮ ਫੇਅਰ ਆਈਡੈਂਟੀ ਆ ਗਿਆ, ਤਾਂ ਫਿਰ ਆਈਡੈਂਟੀ ਕਿਹੜੀ ਮੈਟ੍ਰਿਕਸ ਹੋ ਗਈ, ਸਿਮੈਟ੍ਰਿਕ। ਸਕਿਊ ਸਿਮੈਟ੍ਰਿਕ ਕਦੋਂ ਬਣੂਗਾ, ਜਦੋਂ ਏ ਦਾ ਟ੍ਰਾਂਸਪੋਜ਼ ਮਾਈਨਸ ਏ ਦੇ ਬਰਾਬਰ, ਫਰਕ ਇਕੱਲਾ ਮਾਈਨਸ ਹੈ, ਜੇ ਏ ਦਾ ਟ੍ਰਾਂਸਪੋਜ਼ ਪਲੱਸ ਏ ਹੈ ਤਾਂ ਸਿਮੈਟ੍ਰਿਕ ਹੈ, ਜੇ ਮਾਈਨਸ ਨਿਕਲਦਾ ਸਾਰੇ ਮੈਟ੍ਰਿਕਸ ਚੋਂ ਫਿਰ ਉਹ ਏ ਨੂੰ ਕੀ ਕਹਿ ਦਿੰਦੇ ਆ, ਸਕਿਊ ਸਿਮੈਟ੍ਰਿਕ। ਜੇ ਮੈਟ੍ਰਿਕਸ ਦਾ ਟ੍ਰਾਂਸਪੋਜ਼ ਲਈਏ ਜਵਾਬ ਆ ਵੀ ਮੈਟ੍ਰਿਕਸ ਆ ਜਾਏ ਤਾਂ ਉਹ ਸਿਮੈਟ੍ਰਿਕ ਹੈ, ਜੇ ਮਾਈਨਸ ਬਾਹਰ ਨਿਕਲੇ ਤਾਂ ਫਿਰ ਕੀ ਹੈ, ਸਕਿਊ ਸਿਮੈਟ੍ਰਿਕ। ਮੈਟ੍ਰਿਕਸ ਨੂੰ
ਆਪਾਂ ਪਾਸ ਮੈਟ੍ਰਿਕ ਤੇ ਸਕਿਊਸ ਮੈਟ੍ਰਿਕ ਦੇ ਆਦ ਦੇ ਬਰਾਬਰ ਲਿਖ ਸਕਦੇ ਕਿਸੇ ਵੀ ਮੈਟ੍ਰਿਕਸ ਨੂੰ। ਦੇਖੋ ਜੇ ਏ ਡੈਸ਼ ਬਰਾਬਰ ਏ ਕਿੱਥੇ ਕੀ ਹੈ ਸਿਮੈਟ੍ਰਿਕ ਮੈਟ੍ਰਿਕਸ ਹਨਾ, ਲੇਕਿਨ ਜਦੋਂ ਆਪਾਂ ਏ ਨੂੰ ਇੱਧਰ ਲੈ ਕੇ ਆਏ ਤਾਂ ਇਹ ਸਕਿਊਸ ਮੈਟ੍ਰਿਕ ਬਣ ਜਾਂਦਾ। ਠੀਕ ਹੈ, ਹੁਣ ਐਵੇਂ ਏ ਡੈਸ਼ ਮਾਈਨਸ ਏ ਦੇ ਬਰਾਬਰ ਸਕਿਊਸ ਮੈਟ੍ਰਿਕ ਹੈ, ਜਦੋਂ ਇੱਧਰ ਲੈ ਕੇ ਆਏ ਤਾਂ ਇਹਨੇ ਕੀ ਬਣ ਜਾਣਾ ਹੈ ਸਿਮੈਟ੍ਰਿਕ। ਠੀਕ ਹੈ ਜੀ, ਕਿਸੇ ਵੀ ਮੈਟ੍ਰਿਕਸ ਨੂੰ ਏ ਡੈਸ਼ ਬਾਏ ਟੂ ਪਲੱਸ ਏ ਮਾਈਨਸ ਏ ਡੈਸ਼ ਬਾਏ ਟੂ ਲਿਖ ਸਕਦੇ। ਆ ਕੀ ਹੈ ਉੱਥੇ ਸਿਮੈਟ੍ਰਿਕ ਮੈਟ੍ਰਿਕਸ ਹੈ ਪੂਰਾ, ਆ ਕੀ ਹੈ ਸਕਿਊਸ ਮੈਟ੍ਰਿਕਸ। ਸਮਝ ਲੱਗ ਗਈ, ਇਹ ਰਿਜ਼ਲਟ ਹੈ। ਹੁਣ ਆਪਾਂ ਇਹਨੂੰ ਪ੍ਰੂਵ ਕਰਨਾ ਹੈ ਐਗਜ਼ਾਮਪਲ। ਇੱਥੇ ਲਿਖ ਲਓ ਵੇਅਰ ਏ ਪਲੱਸ ਏ ਡੈਸ਼ ਇਜ਼ ਅ ਸਿਮੈਟ੍ਰਿਕ ਤੇ ਏ ਮਾਈਨਸ ਏ ਡੈਸ਼ ਇਜ਼ ਅ ਸਕਿਊਸ। ਹੁਣ ਆਪਾਂ ਏ ਨੂੰ ਲਿਖਣਾ ਕਿਵੇਂ ਹੈ, ਏ ਪਲੱਸ ਏ ਡੈਸ਼ ਬਾਏ ਟੂ ਪਲੱਸ ਏ ਮਾਈਨਸ ਏ ਡੈਸ਼ ਬਾਏ ਟੂ। ਜੇ ਆਪਣਾ ਇਹ ਜਵਾਬ ਬਣ ਜੇ ਤਾਂ ਫਿਰ ਮਤਲਬ ਆਪਾਂ ਏ ਨੂੰ ਲਿਖ ਸਕਦੇ। ਠੀਕ ਹੈ, ਏ ਡੈਸ਼ ਕੱਢ ਲਿਆ, ਹੁਣ ਆਪਾਂ ਪਹਿਲਾਂ ਏ ਪਲੱਸ ਏ ਡੈਸ਼ ਕੱਢੀਏ। ਠੀਕ ਹੈ, ਏ ਪਲੱਸ ਏ ਡੈਸ਼ ਦੋ ਮਾਈਨਸ ਦੋ ਮਾਈਨਸ ਚਾਰ ਮਾਈਨਸ ਇੱਕ ਤਿੰਨ ਮਾਈਨਸ ਦੋ ਮਾਈਨਸ ਮਾਈਨਸ ਦੋ ਤਿੰਨ ਮਾਈਨਸ ਦੋ ਮਾਈਨਸ ਚਾਰ ਚਾਰ ਮਾਈਨਸ ਤਿੰਨ। ਦੱਸੋ ਜਵਾਬ ਕਿੰਨਾ, ਦੋ ਤੇ ਦੋ ਚਾਰ ਮਾਈਨਸ ਤਿੰਨ ਮਾਈਨਸ ਤਿੰਨ ਮਾਈਨਸ ਚਾਰ ਤੇ ਇਹ ਵੀ ਮਾਈਨਸ ਤਿੰਨ ਮਾਈਨਸ ਇੱਕ ਮਾਈਨਸ ਦੋ ਮਾਈਨਸ ਤਿੰਨ ਤੇ ਤਿੰਨ ਛੇ ਚਾਰ ਤੇ ਮਾਈਨਸ ਦੋ ਇੱਕ ਤੇ ਮਾਈਨਸ ਚਾਰ ਮਾਈਨਸ ਤਿੰਨ ਮਾਈਨਸ ਦੋ ਤੇ ਚਾਰ ਮਾਈਨਸ ਦੋ ਓਏ ਪਲੱਸ ਦੋ ਮਾਈਨਸ ਤਿੰਨ ਤੇ ਮਾਈਨਸ ਤਿੰਨ ਮਾਈਨਸ ਛੇ ਇਹ ਆ ਗਏ। ਹੁਣ ਇਹਦਾ ਅੱਗੇ ਕੀ ਕਰਨਾ ਹੈ, ਇਹ ਹਾਫ ਕਰਨਾ ਹੈ, ਹਾਫ ਕਰਨਾ ਜੀ। ਹਾਂ, 2 ਨਾਲ ਪਲੱਸ a ਡੈਸ਼ ਬਟੇ 2 ਲਓ ਜੀ, 4 ਬਟੇ 2 ਕਿੰਨਾ ਹੋ ਗਿਆ 2 ਹੀ 4 ਬਟੇ 2 2 ਮਾਈਨਸ 3 ਬਟੇ 2 ਮੈਂ ਮਾਈਨਸ 3 ਬਟੇ 2 ਇੱਥੇ ਵੀ ਮਾਈਨਸ 3 ਬਟੇ 2 ਮੈਂ 6 ਬਟੇ 2 ਕਿੰਨਾ ਹੋ ਗਿਆ 3 2 ਬਟੇ 2 1 ਮਾਈਨਸ 3 ਬਟੇ 2 ਉਵੇਂ 2 ਬਟੇ 2 ਕਿੰਨਾ ਹੋ ਗਿਆ 1 ਮਾਈਨਸ 6 ਬਟੇ 2 ਕਿੰਨਾ ਹੋ ਗਿਆ 1। ਯਾਨੀ ਕਿ ਆਪਣਾ ਜਵਾਬ ਕਿੰਨਾ ਆ ਗਿਆ 2 ਮਾਈਨਸ 3 ਬਟੇ 2 ਮਾਈਨਸ 3 ਬਟੇ 2 ਮਾਈਨਸ 3 ਬਟੇ 2 3 ਤੇ 1 ਮਾਈਨਸ 3 ਬਟੇ 2 1 ਤੇ ਮਾਈਨਸ 3 ਇਹ ਕੀ ਆ ਗਿਆ a ਪਲੱਸ a ਡੈਸ਼ ਬਟੇ। ਸਮਝ ਆ ਗਈ, ਹੁਣ ਯਾਨੀ ਆਪਾਂ ਕਰਨਾ ਹੈ a ਮਾਈਨਸ a ਡੈਸ਼ ਬਟੇ 2 ਇਹਦੇ ਨਾਲ। ਚਲੋ ਹੁਣ ਇੱਥੇ ਮਾਈਨਸ ਪਾ ਦਈਏ, ਇੱਥੇ ਕੀ ਹੋ ਜੂਗਾ ਮਾਈਨਸ a ਮਾਈਨਸ। ਚਲੋ ਹੁਣ ਕਰੀਏ
दो ते माइनस दो जीरो हूं आ माइनस इतने ध्यान रखना ना माइनस दो ते माइनस माइनस वाला कि हो गए एदा माइनस एक है नहीं प्लस एक हो गया प्लस हो गए माइनस एक माइनस एक माइनस चार ते माइनस एक ए पांच माइनस पांच माइनस पांच माइनस एक प्लस दो कितना आया माइनस ए डैश हो गया हूं की कर रहे हैं ना अद माइनस एक बटे दो में माइनस पांच बटे दो जवाब दो माइनस तीन बटे दो माइनस तीन बटे दो माइनस तीन बटे दो तीन ते एक माइनस तीन बटे दो एक ते माइनस प्लस ए माइनस ए डैश बटे दो का जवाब है जीरो माइनस दो माइनस पांच बटे दो एक बटे दो जीरो तीन पांच बटे दो माइनस तीन ते आ जवाब आप ए मैट्रिक्स नू वो दो मैट्रिसेस लप ले जिन्हा चो आ की है सिमेट्रिक है आ की है क्यू सिमेट्रिक है ते ए ओ मैट्रिक्स है जिन्हा नु जोड़ के ए बन ए बन जाता समझ लगी